ਜਦੋਂ ਪਹਿਲੀ ਵਾਰੀ ਜਿਹੜਾ ਹੈਗਾ ਜਦੋਂ ਸਟੀਅਰਿੰਗ ਫੜਿਆ ਸੀਗਾ ਕਿਵੇਂ ਲੱਗਿਆ ਸੀ ਉਦੋਂ? ਜੀ ਪਹਿਲਾਂ ਜਦੋਂ ਸਟੀਅਰਿੰਗ ਫੜਿਆ ਸੀ ਤਾਂ ਬਸ ਇਹੀ ਸੋਚਿਆ ਸੀ ਵੀ ਜ਼ਿੰਦਗੀ 'ਚ ਕੁਛ ਕਰਨਾ ਹੈ, ਤਾਂ ਬਸ ਆਪਦੀ ਹਿੰਮਤ ਇੱਕ ਹੌਸਲਾ ਨਹੀਂ ਛੱਡਿਆ। ਘਰ ਦੇ ਹਾਲਾਤ ਇੰਨੇ ਕਿ ਬਦਤਰ ਸੀਗੇ ਕਿ ਇਸ ਲੈਣ ਚਾਹ ਕੇ ਮੰਨ ਲਓ ਚਲੋ ਰੋਟੀ ਜੋਗੀ ਹੋ ਗਈ। ਕਹਿੰਦੇ ਕਿ ਉਹ ਦੌਰ ਵੀ ਜਿਹੜਾ ਤੁਸੀਂ ਦੇਖਿਆ ਹੈਗਾ ਜਦੋਂ ਮਤਲਬ ਕਹਿੰਦੇ ਆ ਕਿ ਇੱਕ ਟਾਈਮ ਜਿਹੜੀ ਰੋਟੀ ਜਿਹੜੀ ਹੈਗੀ ਉਹ ਵੀ ਮੁਸ਼ਕਿਲ ਹੋ ਗਈ ਸੀਗੀ। ਨਹੀਂ ਬਹੁਤ ਮੁਸ਼ਕਿਲ ਵੀਰੇ, ਇੱਕ ਟਾਈਮ ਇਹੋ ਜਿਹਾ ਸੀਗਾ ਵੀ ਘਰੇ 10 ਰੁਪਏ ਮੰਨ ਲਓ ਖਰਚੇ ਵਾਸਤੇ ਨਹੀਂ ਹੁੰਦੇ ਸੀਗੇ, ਇਹ ਜਿਹਾ ਵੀ ਟਾਈਮ ਦੇਖਿਆ ਹੋਇਆ, ਤਾਂ ਹੁਣ ਤਾਂ ਪਰਮਾਤਮਾ ਦੀ ਕਿਰਪਾ ਨਾਲ ਮਿਹਨਤ ਕੀਤੀ ਹੈ। ਇਹ ਡਰਾਈਵਰੀ ਜਿਹੜੀ ਹੈ ਛੋਟਾ ਹੱਥੀ ਚਲਾਉਣਾ ਜਾਂ ਕੈਂਟਰ ਚਲਾਉਣਾ, ਮਤਲਬ ਇਹ ਕਹਿੰਦੇ ਕਿ ਜਿਹੜੇ ਮਰਦਾਂ ਦੇ ਕੰਮ ਹੈ, ਅਤੇ ਮਤਲਬ ਜਦੋਂ ਤੁਹਾਨੂੰ ਲੱਗਿਆ ਨਹੀਂ ਕਿ ਮਤਲਬ ਇਸ ਲਾਈਨ ਦੇ ਵਿੱਚ ਆਵਾਂਗੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਸੁਣਨ ਨੂੰ ਮਿਲਣਗੀਆਂ? ਹਾਂਜੀ, ਪਹਿਲਾਂ ਜਦੋਂ ਸ਼ੁਰੂਆਤ ਤੋਂ ਤਾਂ ਬਹੁਤ ਜਿਹਨਾਂ ਦੀ ਸੁਣਨੀਆਂ ਵੀ ਪੈਂਦੀਆਂ ਸੀਗੀਆਂ, ਜਿੱਦਾਂ ਜਿੱਦਾਂ ਆਪਦੀ ਲਾਈਨ 'ਚ ਮੰਨ ਲਓ ਆਪਾਂ ਆਪਦੇ ਕੰਮ 'ਤੇ ਸਟੈਂਡ ਸੀਗੇ, ਆਪਾਂ ਦੁਨੀਆ ਮਨੇ ਨਹੀਂ ਵੇਖ ਕੇ ਚੱਲੇ, ਕੁਛ ਚੰਗਾ ਕਹਿੰਦੇ ਆ ਕੁਛ ਮਾੜਾ ਵੀ ਕਹਿੰਦੇ ਗੇ ਨੇ। ਰਾਜਸਥਾਨ, ਹਰਿਆਣਾ ਜਿੱਥੋਂ ਦਾ ਵੀ ਆਪਾਂ ਨੂੰ ਕੋਈ ਵੀ ਗੇੜਾ ਆਉਂਦਾ ਹੈ, ਘਰ ਸਮਾਨ ਹੈ ਜਾਂ ਫਰੂਟ ਦਾ ਜਾਂ ਮੰਡੀ ਦਾ, ਮੰਨ ਲਓ ਹਰੇਕ ਕੰਮ 'ਤੇ ਅਸੀਂ ਅੱਗੇ ਖੜੇ ਹੁੰਦੇ ਹਾਂ। ਜਦੋਂ ਸਾਨੂੰ ਗੇੜਾ ਆਉਂਦਾ ਤਾਂ ਅਸੀਂ ਮੰਨ ਲਓ ਕਦੇ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਅਸੀਂ ਨਹੀਂ ਜਾਣਾ, ਸਾਡੀ ਗੱਡੀ ਉਸ ਤੋਂ ਪਹਿਲਾਂ ਪਹੁੰਚ ਜਾਂਦੀ ਹੈ। ਮੈਨੂੰ ਵੀ ਥੋੜ੍ਹਾ ਮੁਸ਼ਕਿਲ ਸੀਗਾ ਉੱਥੇ ਰਹਿਣਾ, ਕਿਉਂਕਿ ਮੇਰੇ ਇੱਕ ਬੱਚਾ ਸੀ, ਬੱਚਾ ਹੋ ਗਿਆ ਆਪਣਾ, ਗੁੜੀਆ ਹੋ ਗਈ, ਤਾਂ ਹੌਲੀ ਹੌਲੀ ਕਰਦੇ ਕਰਦੇ ਮੰਨ ਲਓ ਉੱਥੇ ਆਪਣਾ ਗੁਜ਼ਾਰਾ ਨਹੀਂ ਹੁੰਦਾ। ਫਿਰ ਮੈਂ ਆਪਦੀ ਹਿੰਮਤ ਕਰਕੇ ਆਪਦੇ ਪੈਰਾਂ 'ਤੇ ਸੋਚਿਆ ਕਿ ਮੈਂ ਆਪਣੇ ਖੁਦ ਆਪਣੇ ਪੈਰਾਂ 'ਤੇ ਸਟੈਂਡ ਹੋਵਾਂ। ਜ਼ਿੰਮੇਵਾਰੀ ਫਿਰ ਤੁਹਾਡੇ 'ਤੇ ਜ਼ਿਆਦਾ ਸੀਗੀ, ਪਰਿਵਾਰ ਦੀ ਵੀ, ਭੈਣ ਭਰਾਵਾਂ ਦੀ? ਹਾਂਜੀ, ਉਹਨਾਂ ਦੀ ਫਿਰ ਹੌਲੀ ਹੌਲੀ ਕਰਕੇ ਮੈਰਿਜ ਕੀਤੀ, ਫਿਰ ਉਹ ਵੀ ਆਪਣੇ ਪਰਿਵਾਰ ਵਾਲੇ ਹੋ ਗਏ, ਫਿਰ ਮੈਨੂੰ ਵੀ ਹੋ ਗਿਆ ਕਿ ਆਪਣੇ ਆਪਣੇ ਉਹ ਆਪਦਾ ਮਸੇ ਗੁਜ਼ਾਰਾ ਕਰਦੇ ਨੇ, ਅਤੇ ਮੈਂ ਵੀ ਆਪਦਾ ਕਿਉਂ ਨਾ ਆਪਦੇ ਪੈਰਾਂ 'ਤੇ ਸਟੈਂਡ ਹੋ ਕੇ ਆਪਦਾ ਹੀ ਆਪਦਾ ਗੁਜ਼ਾਰਾ ਕਰਾਂ। ਫਿਰ ਆਪਣਾ ਡਰਾਈਵਰ ਰੱਖਿਆ, ਉਹਦੇ 'ਚ ਕੀ ਸੀਗਾ, ਲੋਨ ਸੀਗਾ, ਕਿਸ਼ਤ ਵਗੈਰਾ ਨਹੀਂ ਨਿਕਲਦੀ ਸੀਗੀ। ਫਿਰ ਮੈਂ ਕਿਉਂ ਨਾ ਸੋਚਿਆ ਕਿ ਮੈਂ ਆਪ ਖੁਦ ਇਸ ਲਾਈਨ 'ਚ ਆ ਕੇ ਮੰਨ ਲਓ ਮੈਂ ਆਪ ਮਿਹਨਤ ਕਰਾਂ, ਤਾਂ ਮੈਂ ਆਪ ਖੁਦ ਚਲਾ ਕੇ ਤਾਂ ਮੈਂ ਆਪਦੇ ਕਿਸ਼ਤ ਵੀ ਕੱਢੂਗੀ, ਤਾਂ ਆਪਦਾ ਘਰ ਗੁਜ਼ਾਰਾ ਵੀ ਮੰਨ ਲਓ ਵਧੀਆ ਚੱਲਣ ਲੱਗ ਜੂਗਾ। ਤਾਂ ਹੌਲੀ ਹੌਲੀ ਕਰਕੇ ਮੈਂ ਮੰਨ ਲਓ ਇੱਕ ਗੱਡੀ ਫਰੀ ਕੀਤੀ, ਫਿਰ ਦੂਸਰੀ ਲਈ, ਤੀਸਰੀ, ਚੌਥੀ, ਹੁਣ ਮੇਰੇ ਕੋਲ ਇਸ ਟਾਈਮ ਮੌਕੇ 'ਤੇ 4 ਗੱਡੀਆਂ ਹਨ। ਜਿੱਦਾਂ ਰਾਤ ਨੂੰ ਲੋਹੜੀ ਦਾ ਸਮਾਨ ਲੈ ਕੇ ਨਿਕਲਦੀ ਸੀ, ਤਾਂ ਉਹਨਾਂ ਨੇ ਵਿਚਾਰੇ ਨੇ ਕਦੇ ਵੀ ਨਹੀਂ ਕਿਹਾ ਵੀ ਕੁੜੀ ਹੈ ਜਿੱਦਾਂ ਮੰਡੀ ਨਹੀਂ ਆਉਣੀ, ਤਾਂ ਰਾਤ ਨੂੰ ਮੰਡੀਆਂ ਵੀ ਕਰਾਉਂਦੇ ਸੀਗੇ, ਜਿੱਦਾਂ ਕੱਚੇ ਮਾਲ ਦੀਆਂ ਜਿੱਦਾਂ ਫਰੂਟ ਵਗੈਰਾ, ਤਾਂ ਉਹਨਾਂ ਨੇ ਕਦੇ ਵੀ ਇਹ ਸੋਚ ਕੇ ਨਹੀਂ ਮੈਨੂੰ ਗੱਡੀ ਫੜਾਈ ਕਿ ਕੁੜੀ ਹੈ, ਤਾਂ ਉਹਨਾਂ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਕਰਕੇ ਜਦੋਂ ਉਹਨਾਂ ਨੇ ਕੰਮ ਦਿੱਤਾ ਤਾਂ ਮੈਂ ਇਸ ਲੈਵਲ 'ਤੇ ਅੱਜ ਤੱਕ ਪਹੁੰਚ ਸਕੀ ਹਾਂ। ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ, ਅਤੇ ਮੈਂ ਹਾਂ ਅਵਤਾਰ ਸਿੰਘ, ਅਤੇ ਕਿਸੇ ਲਿਖਾਰੀ ਨੇ ਬਹੁਤ ਖੂਬ ਲਿਖਿਆ ਹੈ, ਬੇਹਿੰਮਤੀ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਿਲਕੁਲ, ਇਹ ਬਿਲਕੁਲ ਜਿਹੜੀਆਂ ਗੱਲਾਂ ਹੈਗੀਆਂ ਇਹ ਬਿਲਕੁਲ ਸਟੀਕ ਬੈਠਦੀਆਂ ਹੈਗੀਆਂ ਅਬੋਹਰ ਦੀ ਪਿੰਕੀ 'ਤੇ, ਜਿਸ ਦੀ ਜ਼ਿੰਦਗੀ ਇੱਕ ਬੇਹੱਦ ਹੀ ਔਖੀ ਘੜੀ ਦੇ ਵਿੱਚੋਂ ਨਿਕਲੀ ਹੈ, ਲੇਕਿਨ ਉਸਨੇ ਹਿੰਮਤ ਨਹੀਂ ਹਾਰੀ, ਲੋਕਾਂ ਦੇ ਕਈ ਤਰ੍ਹਾਂ ਦੀਆਂ ਜਿਹੜੀਆਂ ਔਕੜਾਂ ਸੀਗੀਆਂ, ਗੱਲਾਂ ਸੀਗੀਆਂ, ਉਹਨਾਂ ਦਾ ਸਾਹਮਣਾ ਕੀਤਾ, ਅਤੇ ਅੱਜ ਕਈ ਟੈਂਪੂ ਜਿਹੜੇ ਛੋਟੇ ਹਾਥੀ ਹੈ ਉਹਨਾਂ ਦੀ ਮਾਲਕ ਹੈ, ਖੁਦ ਵੀ ਜਿਹੜਾ ਹੈਗਾ ਛੋਟਾ ਹਾਥੀ ਚਲਾਉਂਦੀ ਹੈ। ਆਪਣਾ ਜੀਵਨ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਨਾਲ ਉਸਨੇ ਗੁਜ਼ਾਰਿਆ ਹੈਗਾ, ਕਿਸ ਤਰ੍ਹਾਂ ਦੀਆਂ ਜਿਹੜੀਆਂ ਔਕੜਾਂ ਸੀਗੀਆਂ, ਉਹ ਆਪਾਂ ਪੂਰੀ ਕਹਾਣੀ ਜਿਹੜੀ ਹੈਗੀ ਪਿੰਕੀ ਦੀ ਉਹਨਾਂ ਦੀ ਹੀ ਜ਼ੁਬਾਨੀ ਸੁਣਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਅਸੀਂ ਅਬੋਹਰ ਦੇ ਉਸੇ ਘਰ ਦੇ ਵਿੱਚ ਖੜ੍ਹੇ ਹਾਂ ਜਿੱਥੇ ਪਿੰਕੀ ਰਹਿੰਦੀ ਹੈ। ਕਾਫੀ ਔਕੜਾਂ ਦੇ ਨਾਲ ਉਸਨੇ ਹੁਣ ਤੱਕ ਦੀ ਜਿਹੜੀ ਜ਼ਿੰਦਗੀ ਬਤੀਤ ਕੀਤੀ ਹੈ। ਛੋਟਾ ਹਾਥੀ ਚਲਾਉਣ ਤੱਕ ਦਾ ਸਫ਼ਰ ਜਿਹੜਾ ਹੋਦਾ ਹੈਗਾ ਕਿਸ ਤਰ੍ਹਾਂ ਦਾ ਰਿਹਾ, ਕਿਵੇਂ ਇੱਥੋਂ ਤੱਕ ਜਿਹੜਾ ਸਫ਼ਰ ਤੈਅ ਕੀਤਾ ਹੈਗਾ, ਅਤੇ ਆਓ ਆਪਾਂ ਉਹਨਾਂ ਕੋਲ ਚੱਲਦੇ ਹਾਂ ਅਤੇ ਪੂਰੀ ਕਹਾਣੀ ਜਿਹੜੀ ਹੈਗੀ ਉਹਨਾਂ ਦੇ ਹੀ ਜ਼ੁਬਾਨੀ ਸੁਣਦੇ ਹਾਂ।
ਸੋ ਜਿੰਦਾ ਦਿਲੀ ਦੀ ਮਿਸਾਲ ਪਿੰਕੀ ਸਾਡੇ ਨਾਲ ਹੈ ਅਤੇ ਆਓ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਹੈਗੇ ਖੱਟੇ ਮਿੱਠੇ ਜਿਹੜੇ ਪਲ ਹੈਗੇ ਉਹਨਾਂ ਨੂੰ ਯਾਦ ਕਰ ਦਿਓ ਇਹ ਆਪਾਂ ਉਹਨਾਂ ਦੇ ਨਾਲ ਗੱਲਬਾਤ ਦਾ ਜਿਹੜਾ ਦੌਰ ਸ਼ੁਰੂ ਕਰਦੇ ਹਾਂ। ਕੀ ਹਾਲ ਹੈ ਜੀ? ਠੀਕ ਹੋ? ਸਭ ਬੜੀਆ? ਹਾਂਜੀ ਹਾਂਜੀ ਬਤੀ ਜੀ ਵਧੀਆ। ਹੋਰ ਬਸ ਸਭ ਬੜੀਆ? ਕੀ ਹੈ? ਬਹੁਤ ਧੰਨਵਾਦ ਜੋ ਸਾਡੇ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ। ਨਹੀਂ ਨਹੀਂ ਬਿਲਕੁਲ, ਸਾਡਾ ਫਰਜ਼ ਵੀ ਬਣਦਾ ਸੀਗਾ ਕਿ ਤੁਹਾਡੇ ਵਰਗੇ ਜਿਹੜੇ ਇਨਸਾਨ ਹੈ ਜਿਹੜੇ ਜਿੰਦਾ ਦਿਲੀ ਦੀ ਮਿਸਾਲ ਹੈਗੇ ਉਹਨਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਈਏ, ਤੁਹਾਡੀ ਆਵਾਜ਼ ਹੈ ਜਿਹੜਾ ਤੁਹਾਡਾ ਦਰਦ ਜਿਹੜਾ ਹੈਗਾ ਤੁਹਾਡੀ ਜਿਹੜੀ ਹਿੰਮਤ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਈਏ ਤਾਂ ਜੋ ਉਹ ਲੋਕ ਵੀ ਜਿਹੜੇ ਤੁਹਾਡੇ ਤੋਂ ਪ੍ਰੇਰਣਾ ਲੈਣ ਅਤੇ ਕਈ ਵਾਰੀ ਜਿਹੜੇ ਲੋਕ ਜਿਹੜੇ ਹੁੰਦੇ ਆ ਉਹ ਗਲਤ ਰਾਹ 'ਤੇ ਪੈ ਜਾਂਦੇ ਆ, ਹੈ ਨਾ, ਅਤੇ ਉਹ ਜਿਹੜੇ ਤੁਹਾਡੇ ਵਰਗੇ ਲੋਕਾਂ ਨੂੰ ਦੇਖ ਕੇ ਜਿਹੜਾ ਹੈਗਾ ਉਹ ਆਪਣਾ ਜਿਹੜਾ ਇਰਾਦਾ ਵੀ ਬਦਲਣ ਅਤੇ ਜਿਹੜੇ ਚੰਗੇ ਪਾਸੇ ਜਿਹੜੇ ਜਾਣ, ਹੈ ਨਾ। ਕੀ ਹੈ ਕਿ ਤੁਹਾਡਾ ਜਿਹੜਾ ਹੈਗਾ ਜ਼ਿੰਦਗੀ ਦਾ ਸਫ਼ਰ ਜਿਹੜਾ ਹੈਗਾ ਕਿਵੇਂ ਸ਼ੁਰੂ ਹੋਇਆ ਸੀਗਾ ਜਿਹੜਾ ਹੈਗਾ ਕਿ ਹੁਣ ਤੱਕ ਦਾ ਜਿਹੜਾ ਕਿ ਤੁਸੀਂ ਜਿਹੜੇ ਛੋਟਾ ਹਾਥੀ ਚਲਾਉਣ ਤੱਕ ਦਾ? ਸਭ ਤੋਂ ਪਹਿਲਾਂ ਤਾਂ ਆਪਣੇ ਮੇਰੀ ਮੈਰਿਜ ਹੋਈ ਸੀ ਆਪਣੇ ਕੇਰਾ ਖੇੜਾ ਵਾਸੀਆਂ। ਅੱਛਾ। ਤਾਂ ਉੱਥੇ ਕੀ ਸੀਗਾ, ਮੇਰੀ ਮੈਰਿਜ ਹੋਈ ਤਾਂ ਉਹ ਨਸ਼ੇ ਵਗੈਰਾ ਦਾ ਆਦੀ ਸੀਗਾ, ਤਾਂ ਉਹਨਾਂ ਨੂੰ ਮੰਨ ਲਓ ਗਲਤ ਸੰਗਤ ਜਾਣ ਕਰਕੇ ਉਹਨਾਂ ਨੂੰ ਨਸ਼ੇ ਦੇ ਦੌਰ 'ਚ ਉਹਨਾਂ ਨੂੰ 376 ਦੇ ਕੇਸ 'ਚ ਮੰਨ ਲਓ ਅੰਦਰ ਚਲੇ ਗਏ। ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਉੱਥੋਂ ਆਪਣੇ ਮਾਇਕੇ ਆ ਗਈ, ਉਹਨਾਂ ਦੇ ਦੁਬਾਰੇ ਨਹੀਂ ਗਈ। ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕੀ ਸਜ਼ਾ ਹੋਈ ਤਾਂ ਮੈਂ ਆਪਣੇ ਮਾਇਕੇ ਰਹਿਣ ਲੱਗ ਗਈ। ਉਹਨਾਂ ਦੇ 2-3 ਸਾਲ ਮੈਂ ਆਪਣੇ ਉੱਥੇ ਰਹਿ ਗਈ। ਉਦੋਂ ਬਾਅਦ ਕੀ ਹੋਇਆ ਕਿ ਉਹਨਾਂ ਦੇ ਵੀ ਪਰਿਵਾਰ ਫੈਮਿਲੀ ਅੱਗੇ ਥੋੜ੍ਹਾ ਵੱਡੀ ਹੋ ਗਈ, ਉਹਨਾਂ ਦੇ ਹਾਲਾਤ ਵੀ ਠੀਕ ਸੀਗੇ। ਆਪਣਾ ਪਾਪਾ ਜੀ ਦੀ ਡੈਥ ਹੋਈ ਸੀ, ਘਰੇ ਕੋਈ ਕਮਾਉਣ ਵਾਲਾ ਉਹ ਵੀ ਆਪਣੇ ਬਸਾਈ ਆਪਦਾ ਗੁਜ਼ਾਰਾ ਕਰਦੇ ਸੀਗੇ, ਤਾਂ ਮੈਨੂੰ ਵੀ ਥੋੜ੍ਹਾ ਮੁਸ਼ਕਿਲ ਸੀਗਾ ਉੱਥੇ ਰਹਿਣਾ ਕਿਉਂਕਿ ਮੇਰੇ ਇੱਕ ਬੱਚਾ ਸੀ, ਬੱਚਾ ਹੋ ਗਿਆ ਆਪਣਾ, ਗੁੜੀਆ ਹੋ ਗਈ। ਤਾਂ ਹੌਲੀ ਹੌਲੀ ਕਰਦੇ ਕਰਦੇ ਮੰਨ ਲਓ ਉੱਥੇ ਆਪਣਾ ਗੁਜ਼ਾਰਾ ਨਹੀਂ ਹੁੰਦਾ। ਫਿਰ ਮੈਂ ਆਪਦੀ ਹਿੰਮਤ ਕਰਕੇ ਆਪਦੇ ਪੈਰਾਂ 'ਤੇ ਸੋਚਿਆ ਕਿ ਮੈਂ ਆਪਣੇ ਖੁਦ ਆਪਣੇ ਪੈਰਾਂ 'ਤੇ ਸਟੈਂਡ ਹੋਵਾਂ। ਤਾਂ ਮੈਂ ਪਹਿਲਾਂ ਕੁਛ ਥੋੜ੍ਹਾ ਮਿਹਨਤ ਕਰਦੀ ਸੀ, ਦਿਹਾੜੀ ਵੀ ਜਾਂਦੇ ਸੀ, ਤਾਂ ਜਿੱਦਾਂ ਲੇਬਰ ਵਗੈਰਾ ਦਾ ਕੰਮ ਕਰਨਾ। ਤਾਂ ਮੈਂ ਇੱਕ ਮਕਾਨ ਕਿਰਾਏ 'ਤੇ ਲੈ ਕੇ ਪਹਿਲਾਂ ਰਹਿਣ ਲੱਗੀ, ਹੌਲੀ ਹੌਲੀ ਕਰਕੇ ਮੈਂ ਇੱਕ ਗੱਡੀ ਲਿੱਤੀ, ਜਿੱਦਾਂ ਲੇਬਰ 'ਚੋਂ ਪੈਸੇ ਇਕੱਠੇ ਕਰਕੇ ਇੱਕ ਗੱਡੀ ਲਿੱਤੀ, ਫਿਰ ਆਪਣਾ ਡਰਾਈਵਰ ਰੱਖਿਆ। ਉਹਦੇ 'ਚ ਕੀ ਸੀਗਾ, ਲੋਨ ਸੀਗਾ, ਤਾਂ ਲੋਨ ਆਪਣੇ ਹੋਣ ਕਰਕੇ ਜੋ ਕਿਸ਼ਤ ਵਗੈਰਾ ਨਹੀਂ ਨਿਕਲਦੀ ਸੀਗੀ। ਫਿਰ ਮੈਂ ਕਿਉਂ ਨਾ ਸੋਚਿਆ ਕਿ ਮੈਂ ਆਪ ਖੁਦ ਇਸ ਲਾਈਨ 'ਚ ਆ ਕੇ ਮੰਨ ਲਓ ਮੈਂ ਆਪ ਮਿਹਨਤ ਕਰਾਂ, ਤਾਂ ਮੈਂ ਆਪ ਖੁਦ ਚਲਾ ਕੇ ਤਾਂ ਮੈਂ ਆਪਦੇ ਕਿਸ਼ਤ ਵੀ ਕੱਢੂਗੀ, ਤਾਂ ਆਪਦਾ ਘਰ ਗੁਜ਼ਾਰਾ ਵੀ ਮੰਨ ਲਓ ਵਧੀਆ ਚੱਲਣ ਲੱਗ ਜੂਗਾ। ਉਸ ਤੋਂ ਬਾਅਦ ਜਿੱਦਾਂ ਮੈਂ ਇੱਕ ਗੱਡੀ ਲਈ, ਇੱਕ ਗੱਡੀ ਲੈ ਕੇ ਮੰਨ ਲਓ ਵਧੀਆ ਸੈਲਰੀ ਆਉਣ ਲੱਗ ਗਈ, ਮੰਨ ਲਓ ਵਧੀਆ ਸਾਡਾ ਘਰ ਗੁਜ਼ਾਰਾ ਵਧੀਆ ਚੱਲ ਜਾਂਦਾ ਸੀਗਾ। ਤਾਂ ਹੌਲੀ ਹੌਲੀ ਕਰਕੇ ਮੈਂ ਮੰਨ ਲਓ ਇੱਕ ਗੱਡੀ ਫਰੀ ਕੀਤੀ, ਫਿਰ ਦੂਸਰੀ ਲਈ, ਤੀਸਰੀ, ਚੌਥੀ, ਹੁਣ ਮੇਰੇ ਕੋਲ ਇਸ ਟਾਈਮ ਮੌਕੇ 'ਤੇ 4 ਗੱਡੀਆਂ ਹਨ। ਕਿਸ ਨਾਮ ਤੋਂ ਜਾਣਦੇ ਆ ਤੁਹਾਨੂੰ? ਵੈਸੇ ਤੁਹਾਡਾ ਨਾਮ ਪਿੰਕੀ ਹੈ, ਕੀ ਕਹਿੰਦੇ ਆ ਪਿੰਕੂ, ਪਿੰਕੀ ਜਿਹੜੀ ਹੈਗੀ ਛੋਟੇ ਹਾਥੀ ਵਾਲੀ ਕਹਿੰਦੇ ਆ ਜਾਂ ਕੀ ਕਹਿੰਦੇ ਆ? ਹਾਂਜੀ, ਹੁਣ ਤਾਂ ਜ਼ਿਆਦਾਤਰ ਪਿੰਕੀ ਛੋਟੇ ਹਾਥੀ ਵਾਲੀ ਤੋਂ ਹੀ ਜਾਣਦੇ ਗਏ ਨੇ। ਸ਼ੁਰੂਆਤ ਜਿਹੜੀ ਘਰ ਦਾ ਜਿਹੜੀ ਸ਼ੁਰੂਆਤ ਹੋਈ ਸੀਗੀ, ਕਿੰਨੇ ਤੁਸੀਂ ਜਦੋਂ ਛੋਟੇ, ਕਿੰਨੇ ਤੁਹਾਡੀ ਸਟੱਡੀ ਕਿੰਨੇ ਪੜ੍ਹੇ ਹੋ ਤੁਸੀਂ ਜਿਹੜੇ? ਜੀ ਮੈਂ ਜ਼ਿਆਦਾਤਰ ਨਹੀਂ, ਸਿਰਫ 5 ਹੀ ਪੜ੍ਹੀ ਸੀਗੀ। ਘਰ ਦੇ ਹਾਲਾਤ ਥੋੜ੍ਹਾ ਜਿਹਾ ਉਹ ਜਿਹੇ ਸੀਗੇ, ਮੰਨ ਲਓ ਜ਼ਿਆਦਾ ਪੜ੍ਹਾਈ ਮੈਂ ਨਹੀਂ ਕਰ ਸਕੀ। ਕਿੰਨੇ ਭੈਣ ਭਰਾ ਸੀਗੇ ਤੁਸੀਂ ਸਾਰੇ? 4 ਭੈਣ ਭਰਾ ਸੀਗੇ। ਅੱਛਾ, ਅਤੇ ਫਿਰ ਪਰਿਵਾਰ ਜਿਹੜਾ ਹੈਗਾ ਮਿਹਨਤ ਮਜ਼ਦੂਰੀ ਕਰਦਾ ਸੀਗਾ ਜਿਹੜਾ? ਹਾਂਜੀ ਹਾਂਜੀ। ਫਾਦਰ ਸਾਹਿਬ ਤੁਹਾਡੇ? ਫਾਦਰ ਸਾਹਿਬ ਦੀ ਡੈਥ ਹੋ ਗਈ। ਅੱਛਾ, ਉਹਦੇ ਕਰਕੇ ਸਾਡੇ 'ਤੇ ਥੋੜ੍ਹਾ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਵੱਡੇ ਸੀ ਜਾਂ ਹੋਰ? ਮੈਂ ਸਭ ਤੋਂ ਵੱਡੀ ਸੀ। ਅੱਛਾ, ਬਾਕੀ ਸਭ ਤੋਂ ਸਾਰੇ ਛੋਟੇ ਹੈਗੇ ਨੇ। ਜ਼ਿੰਮੇਵਾਰੀ ਫਿਰ ਤੁਹਾਡੇ ਤੇ ਜ਼ਿਆਦਾ ਸੀਗੀ ਪਰਿਵਾਰ ਦੀ ਵੀ, ਭੈਣ ਭਰਾਵਾਂ ਦੀ? ਹਾਂਜੀ, ਉਹਨਾਂ ਦੀ ਫਿਰ ਹੌਲੀ ਹੌਲੀ ਕਰਕੇ ਮੈਰਿਜ ਕੀਤੀ, ਫਿਰ ਉਹ ਵੀ ਆਪਣੇ ਪਰਿਵਾਰ ਵਾਲੇ ਹੋ ਗਏ, ਫਿਰ ਮੈਨੂੰ ਵੀ ਹੋ ਗਿਆ ਕਿ ਆਪਣੇ ਆਪਣੇ ਉਹ ਆਪਦਾ ਮਸੇ ਗੁਜ਼ਾਰਾ ਕਰਦੇ ਨੇ, ਅਤੇ ਮੈਂ ਵੀ ਆਪਦਾ ਕਿਉਂ ਨਾ ਆਪਦੇ ਪੈਰਾਂ 'ਤੇ ਸਟੈਂਡ ਹੋ ਕੇ ਆਪਦਾ ਹੀ ਆਪਦਾ ਗੁਜ਼ਾਰਾ ਕਰਾਂ। ਪਿੰਕੀ ਨੇ ਫਿਰ ਪੜ੍ਹਾਈ ਵੀ ਵਿੱਚ ਛੱਡਤੀ, ਆਪਣੇ ਭੈਣ ਭਰਾਵਾਂ ਕਰਕੇ ਘਰ ਚਲਾਉਣਾ ਸੀਗਾ? ਹਾਂਜੀ ਹਾਂਜੀ। ਤਾਂ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਇਸ ਲਾਈਨ 'ਚ ਮੈਂ ਆਈ, ਤਾਂ ਉਹਨਾਂ ਕਰਕੇ ਜਿਨ੍ਹਾਂ ਵਿਚਾਰਿਆਂ ਨੇ ਵਧੀਆ ਮੈਨੂੰ ਕੰਮ ਦਿੱਤਾ, ਆਪਣੇ ਸ਼ਹਿਰ ਵਾਲਿਆਂ ਦਾ, ਹੋਰ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜਿੱਦਾਂ ਆਪਣੇ ਪਲਾਟ ਹੈਗੇ ਆ ਅਤੇ ਸੁਰਿੰਦਰ ਚੁਰਾਏ ਦਾ ਹੈਗਾ, ਜਾਂ 2-3 ਪਲਾਟ ਹੋਰ ਹੈਗਾ, ਰੂਬੀ ਵੀਰ ਦਾ ਸਟਾਰ ਪਲਾਟ ਹੈਗਾ, ਤਾਂ ਅਤਿੰਦਰ ਵੀਰ ਦਾ ਪਲਾਟ ਹੈਗਾ,
ਉਹਨਾਂ ਨੇ ਵਧੀਆ ਮੈਨੂੰ ਗੇੜੇ ਲਵਾਏ, ਜਿੱਦਾਂ ਉਹਨੂੰ ਅਗਲਾ ਮਿਹਨਤ ਤਾਂ ਮੈਂ ਕਰਨੀ ਸੀ ਕੰਮ, ਪਰ ਉਹਨਾਂ ਨੇ ਦੇਣਾ ਬਿਲਕੁਲ ਸੀਗਾ ਕੁੜੀ ਕਰਕੇ। ਜ਼ਿਆਦਾਤਰ ਕੀ ਕਹਿੰਦਾ ਅਗਲਾ ਸੋਚ ਲੈਂਦਾ ਕਿ ਵੀ ਕੁੜੀ ਹੈਗੀ ਹੈ, ਪਤਾ ਨਹੀਂ ਮੰਡੀ ਕਰਾਊਗੀ ਕਿ ਨਾ। ਜਿੱਦਾਂ ਰਾਤ ਨੂੰ ਲੋਹੜੀ ਦਾ ਸਮਾਨ ਲੈ ਕੇ ਨਿਕਲਦੀ ਸੀ ਤਾਂ ਉਹਨਾਂ ਨੇ ਵਿਚਾਰੇ ਨੇ ਕਦੇ ਵੀ ਨਹੀਂ ਕਿਹਾ ਵੀ ਕੁੜੀ ਹੈ ਜਿੱਦਾਂ ਮੰਡੀ ਨਹੀਂ ਆਉਣੀ। ਤਾਂ ਰਾਤ ਨੂੰ ਮੰਡੀਆਂ ਵੀ ਕਰਾਉਂਦੇ ਸੀਗੇ, ਜਿੱਦਾਂ ਕੱਚੇ ਮਾਲ ਦੀਆਂ ਜਿੱਦਾਂ ਫਰੂਟ ਵਗੈਰਾ। ਤਾਂ ਉਹਨਾਂ ਨੇ ਕਦੇ ਵੀ ਇਹ ਸੋਚ ਕੇ ਨਹੀਂ ਮੈਨੂੰ ਗੱਡੀ ਭਰਾਈ ਕਿ ਕੁੜੀ ਹੈ। ਤਾਂ ਉਹਨਾਂ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਕਰਕੇ ਜਦੋਂ ਉਹਨਾਂ ਨੇ ਕੰਮ ਦਿੱਤਾ ਤਾਂ ਮੈਂ ਇਸ ਲੈਵਲ ਤੱਕ ਅੱਜ ਤੱਕ ਪਹੁੰਚ ਸਕੀ ਹਾਂ। ਇਹ ਡਰਾਈਵਰੀ ਜਿਹੜੀ ਹੈ, ਛੋਟਾ ਹੱਥੀ ਚਲਾਉਣਾ ਜਾਂ ਕੈਂਟਰ ਚਲਾਉਣਾ, ਮਤਲਬ ਇਹ ਕਹਿੰਦੇ ਕਿ ਜਿਹੜੇ ਮਰਦਾਂ ਦੇ ਕੰਮ ਹੈ, ਹਾਂਜੀ, ਕਿ ਜਿਹੜਾ ਪੁਰਸ਼ ਹੈ ਜਿਹੜੇ ਬੰਦੇ ਹੈਗੇ ਉਹ ਕੰਮ ਇਹ ਕਰਦੇ ਹੈਗੇ, ਔਰਤਾਂ ਜਿਹੜੀਆਂ ਇਹਦੇ 'ਚ ਹੈ ਬਹੁਤ ਘੱਟ ਹੈ। ਬੱਸ ਵਾਲੇ ਬੱਸ ਚਲਾਉਂਦੇ ਹੈਗੇ, ਉਹ ਵੀ ਇੱਕ ਹੀ ਹੈ ਮੇਰੇ ਖਿਆਲ 'ਚ। ਹੋਰ ਜਿਹੜੇ ਇਸ ਕੰਮ ਦੇ ਵਿੱਚ ਡਰਾਈਵਰੀ ਦੇ ਵਿੱਚ ਜਿਹੜੀਆਂ ਔਰਤਾਂ ਹੈ ਨੇ, ਅਤੇ ਮਤਲਬ ਜਦੋਂ ਤੁਹਾਨੂੰ ਲੱਗਿਆ ਨਹੀਂ ਕਿ ਮਤਲਬ ਇਸ ਲਾਈਨ ਦੇ ਵਿੱਚ ਆਵਾਂਗੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਸੁਣਨ ਨੂੰ ਮਿਲਣਗੀਆਂ? ਹਾਂਜੀ, ਪਹਿਲਾਂ ਜਦੋਂ ਸ਼ੁਰੂਆਤ ਤੋਂ ਤਾਂ ਬਹੁਤ ਜਣੇ ਦੀ ਸੁਣਨੀਆਂ ਵੀ ਪੈਂਦੀਆਂ ਸੀਗੀਆਂ। ਜਿੱਦਾਂ ਜਿੱਦਾਂ ਆਪਦੀ ਲਾਈਨ 'ਚ ਮੰਨ ਲਓ ਆਪਾਂ ਆਪਦੇ ਕੰਮ 'ਤੇ ਸਟੈਂਡ ਸੀਗੇ, ਆਪਾਂ ਦੁਨੀਆ ਮਨੇ ਨਹੀਂ ਵੇਖ ਕੇ ਚੱਲੇ, ਕੁਛ ਚੰਗਾ ਕਹਿੰਦੇ ਆ ਕੁਛ ਮਾੜਾ ਵੀ ਕਹਿੰਦੇ ਗੇ ਨੇ, ਪਰ ਆਪਾਂ ਆਪਦੇ ਕੰਮ 'ਤੇ ਸਟੈਂਡ ਸੀਗੇ ਕਿ ਤਾਂ ਆਪਾਂ ਨੂੰ ਮਿਹਨਤ ਕਰਕੇ ਜਿੱਥੋਂ ਆਪਾਂ ਨੂੰ ਰੋਟੀ ਮਿਲਦੀ ਹੈ ਆਪਣੇ ਵਾਸਤੇ, ਤਾਂ ਉਹੀ ਸਭ ਕੁਛ ਸੀਗਾ। ਕਹਿੰਦੇ ਜਿਹੜਾ ਫਰੂਟ ਦਾ ਕੰਮ ਹੁੰਦਾ ਹੈ ਜਾਂ ਜਿਵੇਂ ਕਿੰਨੂ ਇੱਥੋਂ ਜਾਂਦਾ ਹੈ, ਬੋਰ ਦਾ ਜਿਹੜਾ ਬਾਹਰ ਜਾਂਦਾ ਹੈ, ਉਹ ਟਾਈਮ ਦਾ ਹੁੰਦਾ ਹੈ ਕਿ ਸਵੇਰੇ ਜਾ ਕੇ ਜਿਹੜਾ ਸ਼ਾਮ ਨੂੰ ਇੱਥੋਂ ਜਾ ਕੇ ਸਵੇਰੇ ਜਿਹੜਾ ਸਦਿਆਂ ਜਿਹੜਾ ਹੈਗਾ ਉਹਨੂੰ ਪਹੁੰਚਾਉਣਾ ਹੁੰਦਾ ਮੰਡੀ ਤੱਕ। ਜੀ, ਉਹਦਾ 4 ਵਜੇ ਦਾ ਮੰਡੀ ਦਾ ਟਾਈਮ ਹੁੰਦਾ, ਉਸ ਤੋਂ ਪਹਿਲਾਂ ਆਪਣਾ 4 ਵਜੇ ਤੋਂ ਪਹਿਲਾਂ। ਤੇ ਫਿਰ ਪਿੰਕੀ ਜਿਹੜਾ ਫਿਰ ਉਵੇਂ ਜਾਂਦੀ ਸੀ? ਹਾਂਜੀ ਹਾਂਜੀ, ਉਵੇਂ ਜਿੱਥੋਂ ਤਾਂ ਵੀ ਗੇੜਾ ਆਉਂਦਾ ਸੀ, ਸਾਡਾ ਰਾਜਸਥਾਨ ਦਾ ਹੋ ਗਿਆ ਜਾਂ ਕੋਈ ਪੰਜਾਬ ਦਾ ਹੋ ਗਿਆ, ਤਾਂ ਮੰਨ ਲਓ ਕੋਈ ਦਿੱਕਤ ਨਹੀਂ ਰਹੀ। ਵੈਸੇ ਤਾਂ ਜਿਹਦਾ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਇੰਨੇ ਵਧੀਆ ਹੈਗੇ ਆ, ਰਾਸਤੇ 'ਚ ਕੋਈ ਵੀ ਭੈਣ ਭਰਾ ਮੰਨ ਲਓ ਮਿਲ ਜਾਂਦਾ ਹੈ ਜਾਂ ਕੋਈ ਦਿੱਕਤ ਆਉਂਦੀ ਹੈ ਤਾਂ ਹੈਲਪ ਕਰਦੇ ਨੇ। ਕਦੇ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਮੰਨ ਲਓ ਕੁੜੀ ਇਕੱਲੀ ਖੜੀ ਆ, ਤਾਂ ਸਾਰੇ ਭੈਣ ਭਰਾਵਾਂ ਦਾ ਰਾਹੀਂ ਮੇਰੇ ਨਾਲ ਮੰਨ ਲਓ ਰਹਿੰਦੇ ਨੇ। ਜਦੋਂ ਪਹਿਲੀ ਵਾਰੀ ਜਿਹੜਾ ਹੈਗਾ ਜਦੋਂ ਸਟੀਅਰਿੰਗ ਫੜਿਆ ਸੀਗਾ, ਕਿਵੇਂ ਲੱਗਿਆ ਸੀ ਉਦੋਂ? ਜੀ, ਪਹਿਲਾਂ ਜਦੋਂ ਸਟੀਅਰਿੰਗ ਫੜਿਆ ਸੀ ਤਾਂ ਬਸ ਇਹੀ ਸੋਚਿਆ ਸੀ ਵੀ ਜ਼ਿੰਦਗੀ 'ਚ ਕੁਛ ਕਰਨਾ ਹੈ, ਤਾਂ ਬਸ ਆਪਦੀ ਹਿੰਮਤ, ਇੱਕ ਹੌਂਸਲਾ ਨਹੀਂ ਛੱਡਿਆ। ਜਿੱਦਾਂ ਹੌਂਸਲੇ ਤਾਂ ਮੰਨ ਲਓ ਘਰ ਦੇ ਹਾਲਾਤ ਇੰਨੇ ਕਿ ਬਦਤਰ ਸੀਗੇ ਕਿ ਇਸ ਲੈਣ 'ਚ ਆ ਕੇ ਮੰਨ ਲਓ ਚਲੋ ਰੋਟੀ ਜੋਗੇ ਹੋ ਗਏ। ਕਹਿੰਦੇ ਕਿ ਉਹ ਦੌਰ ਵੀ ਜਿਹੜਾ ਤੁਸੀਂ ਦੇਖਿਆ ਹੈਗਾ ਜਦੋਂ ਮਤਲਬ ਕਹਿੰਦੇ ਆ ਕਿ ਇੱਕ ਟਾਈਮ ਜਿਹੜੀ ਰੋਟੀ ਜਿਹੜੀ ਹੈਗੀ ਉਹ ਵੀ ਮੁਸ਼ਕਿਲ ਹੋ ਗਈ ਸੀਗੀ? ਨਹੀਂ, ਬਹੁਤ ਮੁਸ਼ਕਿਲ ਵੀਰੇ। ਇੱਕ ਟਾਈਮ ਇਹੋ ਜਿਹਾ ਸੀਗਾ ਵੀ ਘਰੇ 10 ਰੁਪਏ ਮੰਨ ਲਓ ਖਰਚੇ ਵਾਸਤੇ ਨਹੀਂ ਹੁੰਦੇ ਸੀਗੇ, ਇਹੋ ਜਿਹਾ ਵੀ ਟਾਈਮ ਦੇਖਿਆ ਹੋਇਆ। ਤਾਂ ਹੁਣ ਤਾਂ ਪਰਮਾਤਮਾ ਦੀ ਕਿਰਪਾ ਨਾਲ ਮਿਹਨਤ ਕੀਤੀ ਹੈ, ਤਾਂ ਅੱਜ ਦੇ ਟਾਈਮ 'ਚ ਵੈਸੇ ਕੋਈ ਵੀ ਬੰਦਾ ਗਰੀਬ ਨਹੀਂ ਹੈ, ਤਾਂ ਜੇ ਆਪਣਾ ਮਿਹਨਤ ਕਰੇ ਤਾਂ। ਬਿਲਕੁਲ। ਅਤੇ ਫਿਰ ਕਿੱਥੋਂ ਤੱਕ ਪਿੰਕੀ ਗਈ ਹੈ ਜਿਹੜਾ ਹੱਲ ਲੈ ਕੇ ਛੋਟਾ ਹੱਥੀ? ਜੀ, ਰਾਜਸਥਾਨ, ਹਰਿਆਣਾ, ਜਿੱਥੋਂ ਦਾ ਵੀ ਆਪਾਂ ਨੂੰ ਕੋਈ ਵੀ ਗੇੜਾ ਆਉਂਦਾ ਹੈ, ਕਾਰ ਸਮਾਨ ਹੈ ਜਾਂ ਫਰੂਟ ਦਾ ਜਾਂ ਮੰਡੀ ਦਾ, ਮੰਨ ਲਓ ਹਰੇਕ ਕੰਮ 'ਤੇ ਅਸੀਂ ਅੱਗੇ ਖੜੇ ਹੁੰਦੇ ਹਾਂ। ਜਦੋਂ ਸਾਨੂੰ ਗੇੜਾ ਆਉਂਦਾ ਤਾਂ ਅਸੀਂ ਮੰਨ ਲਓ ਕਦੇ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਅਸੀਂ ਨਹੀਂ ਜਾਣਾ, ਸਾਡੀ ਗੱਡੀ ਉਸ ਤੋਂ ਪਹਿਲਾਂ ਪਹੁੰਚ ਜਾਂਦੀ ਹੈ। ਬਿਲਕੁਲ। ਔਖਾ ਹੁੰਦਾ ਉਹ ਜਦੋਂ ਆਪਾਂ ਕਿਸੇ ਕੋਲ ਜਾਂਦੇ ਹਾਂ, ਵਪਾਰੀ ਕੋਲ ਜਾਂਦੇ ਕਿ ਸਾਨੂੰ ਜਿਹੜਾ ਹੈਗਾ ਕੋਈ ਸਮਾਨ ਦਿਓ ਅਸੀਂ ਤੁਹਾਡਾ ਲੈ ਕੇ ਜਾਵਾਂਗੇ, ਔਖਾ ਹੁੰਦਾ ਸੰਪਰਕ ਕਰਨਾ ਇੱਕ ਦੂਜੇ ਨਾਲ? ਨਹੀਂ ਨਹੀਂ ਜੀ, ਬਹੁਤ ਵਧੀਆ ਹੈਗਾ। ਮੰਨ ਲਓ ਕੰਮ 'ਤੇ ਹੈ ਵੀਰੇ, ਜਿੱਦਾਂ ਅਗਲਾ ਮੰਨ ਲਓ ਆਪਾਂ ਨੂੰ ਕੰਮ ਦੇਊਗਾ ਤਾਂ ਆਪਾਂ ਅੱਗੇ ਵਧਾਂਗੇ। ਜੇ ਆਪਣੇ ਕੋਲ ਕੰਮ ਨਹੀਂ ਹੈਗਾ, ਇਮਾਨਦਾਰੀ ਹੈ ਸਭ ਤੋਂ ਪਹਿਲਾਂ, ਜੇ ਤਾਂ ਆਪਾਂ ਆਪਣੇ 'ਚ ਇਮਾਨਦਾਰੀ ਹੈ ਤਾਂ ਕੰਮ ਆਪਣੇ ਆਪ ਹੀ ਆਉਂਦਾ ਹੈ। ਜਦੋਂ ਆਪਾਂ ਮਿਹਨਤ ਲਗਨ ਕਰਦੇ ਹਾਂ ਤਾਂ ਕੰਮ ਪਰਮਾਤਮਾ ਆਪਣੀ ਦਾਤ ਦਿੰਦਾ ਆ। ਕਦੇ ਲੱਗਿਆ ਕਿ ਮਤਲਬ ਜ਼ਿੰਦਗੀ ਤੋਂ ਰੁਸਵਾ ਜਾਂ ਮਤਲਬ ਲੱਗਿਆ ਕਿ ਗਿਲਾ ਹੈ ਜਿਹੜਾ ਪਰਮਾਤਮਾ ਤੋਂ, ਕਿ ਮਤਲਬ ਬਣਾ ਤਾ ਜ਼ਿੰਮੇਵਾਰੀਆਂ ਦਿੱਤੀਆਂ ਹੈਗੀਆਂ ਲੇਕਿਨ ਕਮਾਉਣ ਵਾਸਤੇ ਕੁਛ ਨਹੀਂ ਜਿਹੜਾ ਦਿੱਤਾ ਸੀਗਾ? ਜੀ, ਪਰਮਾਤਮਾ ਨੇ ਤਾਂ ਮੰਨ ਲਓ ਮੁਸ਼ਕਿਲ ਟਾਈਮ ਤਾਂ ਦਿਖਾਉਂਦਾ ਹੀ ਹੈ, ਉਹਦੇ 'ਚ ਆਪਣਿਆਂ ਦਾ ਵੀ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਕੋਈ ਸਾਥ ਦਿੰਦਾ ਆ। ਤਾਂ ਪਰਮਾਤਮਾ ਜੇ ਇੱਕ ਗੇਟ ਬੰਦ ਕਰਦਾ ਤਾਂ 2 ਦਰਵਾਜ਼ੇ ਖੋਲ੍ਹਦਾ ਆ। ਤਾਂ ਆਪਾਂ ਮੰਨ ਲਓ ਜਦੋਂ ਉਹਨੇ ਇੱਕ ਬੰਦ ਕੀਤਾ ਸੀ ਤਾਂ ਆਪਾਂ ਨੂੰ ਪਰਮਾਤਮਾ ਨੇ ਹੱਥ ਪੈਰ ਸਲਾਮਤ ਦਿੱਤੇ ਆ, ਤਾਂ ਆਪਾਂ ਆਪਦੀ ਮਿਹਨਤ ਕਰਕੇ ਖਾ ਸਕਦੇ ਹਾਂ। ਕੁਛ ਲੋਕ ਹੈ ਜਿਹੜੇ ਪਰਮਾਤਮਾ ਵੱਲੋਂ ਜਿਹੜੇ ਅੰਗ ਪੈਰ ਉਹਨਾਂ ਦੇ ਪੂਰੇ ਹੁੰਦੇ ਆ ਲੇਕਿਨ ਉਹ ਫਿਰ ਵੀ ਜਿਹੜਾ ਹੈਗਾ ਕਈ ਦੇਖਿਆ ਹੈਗਾ ਮੰਗਣ ਵਾਸਤੇ ਜਿਹੜੇ ਮਜਬੂਰ ਹੁੰਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਮਤਲਬ ਅਸੀਂ ਜੇਕਰ ਥੋੜ੍ਹੀ ਦੇਰ ਮੰਗ ਲਾਂਗੇ ਤਾਂ ਸਾਨੂੰ ਜਿਹੜਾ ਪੈਸਾ ਮਿਲ ਜੂਗਾ। ਹਾਂਜੀ ਹਾਂਜੀ, ਉਹ ਗਲਤ ਚੀਜ਼ ਹੈ। ਜਦੋਂ ਪਰਮਾਤਮਾ ਨੇ ਆਪਾਂ ਨੂੰ ਹੱਥ ਪੈਰ ਸਹੀ ਸਲਾਮਤ ਦਿੱਤੇ ਤਾਂ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਤਾਂ ਅੱਜ ਦੇ ਟਾਈਮ 'ਚ ਕੋਈ ਵੀ ਬੰਦਾ ਗਰੀਬ ਨਹੀਂ ਹੈ, ਤਾਂ ਉਹ ਗਰੀਬ ਉਹ ਆਪਦੇ ਕਰਕੇ ਆ ਜਦੋਂ ਕੰਮ ਨਹੀਂ ਕਰਦਾ। ਜੇ ਤਾਂ ਆਪਾਂ ਕੰਮ ਕਰਾਂਗੇ ਤਾਂ ਸਭ ਕੁਛ ਮੰਨ ਲਓ ਆਪਣਾ 2 ਟਾਈਮ ਦੀ ਆਪਦਾ ਵਧੀਆ ਰੋਟੀ ਖਾ ਸਕਦੇ ਹਾਂ।
ਡਰ ਨਹੀਂ ਲੱਗਿਆ ਕਦੇ ਪਿੰਕੀ ਨੂੰ ਜਦੋਂ ਲੈ ਕੇ ਜਾਂਦੀ ਹੈ ਸਮਾਨ ਲੈ ਕੇ ਜਾਂਦੀ ਹੈਗੀ ਕਿ ਰਾਤ ਬਰਾਤੇ? ਨਹੀਂ ਬੱਚੀ, ਕਦੇ ਨਹੀਂ ਹੈ ਮੁਸ਼ਕਿਲ, ਕਦੇ ਆਈ ਨਹੀਂ ਗੀ ਰਾਸਤੇ 'ਚ। ਮੰਨ ਲਓ ਵਧੀਆ ਆਪਦਾ ਜਦੋਂ ਪਤਾ ਹੁੰਦਾ ਆਪਦੀ ਜ਼ਿੰਮੇਵਾਰੀ ਹੁੰਦੀ ਹੈ, ਅਗਲੇ ਦਾ ਮਾਲ ਖੁਦਾਨਾ, ਬਸ ਇੱਥੋਂ ਲੈ ਕੇ ਉੱਥੋਂ ਤੱਕ ਹੀ ਹੁੰਦਾ ਵੀ ਆਪਣੀ ਮੰਡੀ ਕਰਾਉਣੀ ਹੈ। ਕਦੇ ਇਹ ਵੀ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਆਏ ਕਿ ਲੜਕੀ ਨੂੰ ਦੇਖ ਕੇ ਕਈਆਂ ਦੀਆਂ ਜਿਹੜੀਆਂ ਨਜ਼ਰਾਂ ਹੈਗੀਆਂ ਜਿਹੜੀਆਂ ਉਹ ਬੜੀਆਂ ਮਾੜੀਆਂ ਹੁੰਦੀਆਂ, ਕਈ ਕਦੇ ਕੁਛ ਗੱਲਾਂ ਉਹ ਜਿਹੀਆਂ ਸੁਣਨ ਨੂੰ ਮਿਲੀਆਂ ਹੋਣ? ਹਾਂਜੀ, ਬਹੁਤ ਕਈ ਲੋਕ ਹੈ, ਪਰ ਹੁਣ ਦੁਨੀਆਂ 'ਚ ਸੋਚ ਬਦਲ ਗਈ ਹੈ। ਪਹਿਲਾਂ ਜਿੱਦਾਂ ਜਾਂਦੇ ਸੀ ਥੋੜ੍ਹਾ ਜਿਹਾ ਕੋਈ ਸੋਚਦੇ ਸੀ ਵੀ ਕੁੜੀ ਹੈ, ਕੁੜੀ ਚਲਾਉਂਦੀ ਹੈ ਐਵੇਂ ਕਰਕੇ, ਪਰ ਆਪਾਂ ਆਪਦੇ ਘਰ 'ਚ ਹਾਲਾਤ ਵੇਖ ਕੇ ਤੁਰੇ ਸੀਗੇ। ਆਪਾਂ ਨੂੰ ਦੁਨੀਆਂ ਨਾਲ ਨਹੀਂ ਹੁੰਦਾ, ਉਹਨਾਂ ਨਾਲ ਉਹਨਾਂ ਲੋਕਾਂ ਦੀ ਸੁਣ ਕੇ ਤੁਰੀਦਾ ਜੋ ਆਪਾਂ ਨੂੰ ਸਹੀ ਕਹਿੰਦੇ ਨੇ, ਜੋ ਆਪਾਂ ਨੂੰ ਹੌਸਲਾ ਦਿੰਦੇ ਨੇ, ਉਹਨਾਂ ਵੱਲੇ ਵੇਖ ਕੇ ਆਪਾਂ ਤੁਰ ਪੈਂਦੇ ਹਾਂ ਵੀ ਆਪਣਾ ਕੰਮ ਸਟਰਗਲ ਜੋ ਹੈ ਜਾਰੀ ਰੱਖਣਾ ਚਾਹੀਦਾ ਆ। ਲੋਕ ਬਹੁਤ ਗਰੀਬ ਹੈਗੇ, ਹੱਥ ਪੈਰ ਵੀ ਬਹੁਤ ਮਾਰਦੇ, ਲੇਕਿਨ ਫਿਰ ਵੀ ਉਹਨਾਂ ਕੋਲ ਜਿਹੜਾ ਇੱਕ ਰੁਜ਼ਗਾਰ ਹੈਗਾ, ਦੋ ਵਕਤ ਦੀ ਜਿਹੜੀ ਰੋਟੀ ਹੈਗੀ, ਉਹਦਾ ਜੁਗਾੜ ਵੀ ਨਹੀਂ ਹੁੰਦਾ ਜੀ ਉਹਨਾਂ ਦਾ। ਤਾਂ ਬਸ ਉਹ ਜਦੋਂ ਕੰਮ ਨਹੀਂ ਕਰਨਗੇ ਤਾਂ ਉਹ ਆਪਣੇ ਆਪ ਹੀ ਗਰੀਬ ਨੇ। ਜਦੋਂ ਆਪਾਂ ਕੰਮ ਕਰਾਂਗੇ, ਜਦੋਂ ਮਿਹਨਤ ਕਰਾਂਗੇ ਤਾਂ ਕਦੇ ਵੀ ਆਪਣੇ ਮੁਸੀਬਤ ਆਊਗੀ ਨਹੀਂ ਕਿ ਆਪਾਂ ਗਰੀਬ ਹਾਂ। ਤਾਂ ਗਰੀਬੀ ਤਾਂ ਆਪਾਂ ਆਪ ਹੀ, ਮੰਨ ਲਓ ਗਰੀਬ, ਜਦੋਂ ਆਪਾਂ ਕੰਮ ਨਾ ਕਰਾਂਗੇ ਤਾਂ ਆਪ ਹੀ ਗਰੀਬ ਪਰਿਵਾਰ ਜਾਵਾਂਗੇ। ਤਾਂ ਕੀ ਹੈ ਹੁਣ ਜਿਹੜਾ ਹੈਗਾ ਪਿੰਕੀ ਕੋਲ ਕਿੰਨੇ ਜਿਹੜੇ ਹੈਗੇ ਛੋਟਾ ਹਾਥੀ ਹੈਗੇ, ਕਿ ਸੁਪਨਾ ਕੀ ਹੈ ਇਸ ਤੋਂ ਬਾਅਦ? ਹੁਣ ਸੁਪਨਾ ਵੀਰੇ ਅੱਗੇ ਬੱਚਿਆਂ ਵਾਸਤੇ ਆ, ਬਸ ਹੁਣ ਤਾਂ ਮੰਨ ਲਓ ਵਧੀਆ ਆਪਦਾ ਦੋ ਟਾਈਮ ਦੀ ਰੋਟੀ ਹੋ ਗਈ, ਮੰਨ ਲਓ ਬੱਚਿਆਂ ਨੂੰ ਅੱਗੇ ਚੰਗਾ ਪੜ੍ਹਾਈ ਕਰਾ ਕੇ, ਤਾਂ ਜੋ ਆਪਣਾ ਟਾਈਮ ਦੇਖਿਆ ਉਹ ਅੱਗੇ ਬੱਚੇ ਨਾ ਦੇਖਣ। ਕਿੰਨੇ ਵਜੇ ਸ਼ੁਰੂਆਤ ਹੁੰਦੀ ਹੈ ਕੰਮ ਦੀ, ਘਰ ਵੀ ਸਾਂਭਣਾ ਹੁੰਦਾ ਹੈ? ਹਾਂਜੀ ਜੀ, ਸੁਬਹਾ ਉੱਠ ਕੇ ਜਿੱਦਾਂ ਆਪਣੇ ਘਰੇ ਕੰਮ ਕਰਕੇ, ਉਸ ਤੋਂ ਬਾਅਦ ਦਿਨੇ ਜਿੱਦਾਂ ਕੋਈ ਗੇੜਾ ਆ ਗਿਆ ਤਾਂ ਲਾਉਂਦੇ ਹਾਂ। ਕੀ ਡਰਾਈਵਰ ਵੀ ਰੱਖੇ ਹੋਏ ਨੇ, ਜਿੱਦਾਂ ਕੋਈ ਐਮਰਜੈਂਸੀ ਹੁੰਦੀ ਹੈ, ਫਿਰ ਜਿੱਦਾਂ ਨਹੀਂ ਜਾ ਸਕਦੇ ਉੱਥੇ ਡਰਾਈਵਰ ਭੇਜ ਦੇਈਦੇ ਨੇ। ਕਦੇ ਲੱਗਿਆ ਕਿ ਮਤਲਬ ਇਸ ਥਾਂ 'ਤੇ ਮੈਂ ਨਾ ਜਾਵਾਂ, ਡਰਾਈਵਰ ਨੂੰ ਹੀ ਭੇਜਾਂ, ਜਾਂ ਮਤਲਬ ਔਖਾ ਰਾਹ ਹੈ ਕਿਤੇ? ਨਹੀਂ ਔਖਾ ਤਾਂ ਦੇਖੋ ਕੁਛ ਨਹੀਂ ਔਖਾ, ਜਦੋਂ ਆਪਾਂ ਇਸ ਲਾਈਨ 'ਚ ਆ ਗਏ ਤਾਂ ਉਹ ਟਾਈਮ ਨਹੀਂ ਔਖਾ ਹੁੰਦਾ ਆ। ਉਹ ਤਾਂ ਮੰਨ ਲਓ ਆਪਾਂ ਜਿੱਦਾਂ ਕੰਮ ਹੈ, ਉਹ ਕੰਮ ਲੱਗਦਾ ਹੀ ਨਹੀਂ ਕਿ ਮੇਰੇ ਵਾਸਤੇ ਔਖਾ ਆ। ਜਦੋਂ ਇੰਨਾ ਟਾਈਮ ਹੋ ਗਿਆ ਜਿੱਥੇ ਆਪਾਂ ਨੂੰ ਰੋਟੀ ਦਿੱਤੀ ਪਰਮਾਤਮਾ ਨੇ, ਪਰਮਾਤਮਾ ਨੇ ਜੇ ਆਪਣਾ ਹੱਥ ਫੜਿਆ ਤਾਂ ਆਪਾਂ ਇਸ ਲਾਈਨ 'ਚ ਆਏ ਹਾਂ। ਕੁਛ ਮੁਸੀਬਤ ਨੇ ਸਿਖਾਤਾ, ਕੁਛ ਬਸ ਟਾਈਮ ਇਹ ਜਿਹਾ ਸੀਗਾ, ਮੰਨ ਲਓ ਇਸ ਲਾਈਨ 'ਚ ਆ ਗਏ। ਕਹਿੰਦੇ ਕਿ ਜਿਹੜੀਆਂ ਲੜਕੀਆਂ ਹੈਗੀਆਂ, ਔਰਤਾਂ ਜਿਹੜੀਆਂ ਹੈਗੀਆਂ, ਉਹ ਮਰਦਾਂ ਦੇ ਜਿਹੜੇ ਬਰਾਬਰ ਹੈ, ਉਹਨਾਂ ਨੂੰ ਬਰਾਬਰ ਦਾ ਜਿਹੜਾ ਸਮਾਜ ਦੇ ਵਿੱਚ ਇੱਕ ਜਿਹੜਾ ਰੁਤਬਾ ਦਿੱਤਾ ਗਿਆ ਹੈਗਾ, ਮੰਨਦੇ ਹੋ ਕਿ ਜਿਹੜਾ ਬਰਾਬਰ ਦਾ ਹੀ ਹੈ, ਜਾਂ ਅੱਜ ਵੀ ਜਿਹੜਾ ਹੈਗਾ ਉਹ ਔਰਤਾਂ ਨੂੰ ਜਿਹੜਾ ਹੈਗਾ ਗਲਤ ਨਿਗਾਹ ਨਾਲ ਵੇਖਣਾ, ਜਾਂ ਫਿਰ ਰੁਤਬਾ ਜਿਹੜਾ ਕਹਿਣ ਦਾ ਹੈਗਾ ਹਕੀਕਤ ਦੇ ਵਿੱਚ ਉਹਨਾਂ ਨੂੰ ਜੋ ਰੁਤਬਾ ਨਹੀਂ ਮਿਲਦਾ ਜਿਹੜਾ ਉਹਨਾਂ ਦੇ ਬਰਾਬਰ ਦਾ ਜਿਹੜਾ ਦੇਣਾ ਚਾਹੀਦਾ? ਹਾਂਜੀ ਦੇਖੋ ਜੀ, ਇਹ ਤਾਂ ਨਾ ਮਾਂ ਪਿਓ 'ਤੇ ਡਿਪੈਂਡ ਹੈ, ਜਿੱਦੋਂ ਪਰਿਵਾਰ ਤੋਂ ਸਹਿਯੋਗ ਮਿਲੂਗਾ ਤਾਂ ਹੀ ਅੱਗੇ ਬੱਚੇ ਜਾ ਕੇ ਕੰਮ ਕਰਨਗੇ। ਤਾਂ ਪਹਿਲਾਂ ਤਾਂ ਫੈਮਿਲੀ ਤੋਂ ਆਪਾਂ ਨੂੰ ਹੋਣਾ ਚਾਹੀਦਾ ਵੀ ਕੁੜੀ ਮੁੰਡੇ 'ਚ ਫਰਕ ਨਹੀਂ ਰੱਖਣਾ ਚਾਹੀਦਾ ਆ। ਤਾਂ ਜੇ ਆਪਾਂ ਪਹਿਲੇ ਦਿਨ ਤੋਂ ਹੀ ਬੱਚੇ ਨੂੰ ਸਟੈਂਡ ਕਰਾਂਗੇ ਤਾਂ ਅੱਗੇ ਜਾ ਕੇ ਉਹ ਮੁਸ਼ਕਿਲ ਨਹੀਂ ਆਊਗੀ, ਕਦੇ ਵੀ ਉਹ ਮੰਨ ਲਓ ਕੋਈ ਵੀ ਟਾਈਮ ਹੋਊਗਾ ਉਹ ਆਪਣਾ ਕਰ ਸਕਦਾ ਆ। ਜਦੋਂ ਆਪਾਂ ਬੱਚੇ ਨੂੰ ਪਹਿਲੇ ਦਿਨ ਤੋਂ ਹੀ ਘਰੋਂ ਬਾਹਰ ਨਾ ਨਿਕਲ ਦੇਵਾਂਗੇ, ਦੁਨੀਆਂ ਤੋਂ ਡਰ ਰੱਖਾਂਗੇ, ਤਾਂ ਉਹ ਬੱਚਾ ਅੱਗੇ ਜਾ ਕੇ ਜੇ ਕੋਈ ਮੁਸੀਬਤ ਪੈਂਦੀ ਹੈ ਤਾਂ ਉਹ ਮੁਸ਼ਕਿਲ ਆਉਂਦੀ ਹੈ ਬੱਚੇ ਵਾਸਤੇ। ਸੋ ਇਹ ਸੀ ਪਿੰਕੀ, ਜਿੰਦਾ ਦਿੱਲੀ ਦੀ ਮਿਸਾਲ ਹੈ, ਅਤੇ ਅਜਿਹੇ ਦੇ ਵਿੱਚ ਸਾਰੇ ਲੋਕਾਂ ਨੂੰ ਇਹਨਾਂ ਵਰਗੀਆਂ ਜਿਹੜੀਆਂ ਪਿੰਕੀ ਵਰਗੀਆਂ ਜਿਹੜੀਆਂ ਹੋਰ ਔਰਤਾਂ ਹੈਗੀਆਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਅਤੇ ਹੌਸਲਾ ਵੀ ਇਹਨਾਂ ਨੂੰ ਦੇਣਾ ਚਾਹੀਦਾ, ਤਾਂ ਜੋ ਇਹਨਾਂ ਵਰਗੀਆਂ ਜਿਹੜੀਆਂ ਹੋਰ ਲੜਕੀਆਂ ਹੈਗੀਆਂ ਉਹ ਵੀ ਕਿਸੇ ਕਿਰਾਏ 'ਤੇ ਜੇਕਰ ਪਈਆਂ ਹੈਗੀਆਂ ਤਾਂ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈਗੀ ਉਹਨੂੰ ਬਦਲ ਸਕਦੀ ਹੈ। ਅਤੇ ਇਹ ਪਿੰਕੀ ਜਿਹੜੀ ਹੈਗੀ ਇਹ ਲੋਕਾਂ ਦੇ ਲਈ, ਖਾਸ ਕਰਕੇ ਔਰਤਾਂ ਦੇ ਲਈ, ਇਹ ਅੱਜ ਇੱਕ ਮਿਸਾਲ ਵੀ ਬਣੀ ਹੈ ਅਤੇ ਪ੍ਰੇਰਣਾ ਦਾ ਸਰੋਤ ਵੀ ਬਣੀ ਹੋਈ ਹੈ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਰਾਹੀਂ ਜ਼ਰੂਰ ਦੱਸਿਆ ਜੇ, ਅਜਿਹੀਆਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ।